ਅੱਛਾ ਵੀਰੋ ਪਹਿਲਾ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਆ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਮੈਨੂੰ ਜਿਹੜਾ ਆ ਉਹ ਬਹੁਤ ਪਿਆਰ ਦਿੱਤਾ ਚਾਹੇ ਟਿਕਟੌਕ ਹੋਵੇ ਚਾਹੇ ਫੇਸਬੁੱਕ ਹੋਵੇ ਚਾਹੇ YouTube ਹੋਵੇ ਤੇ ਚਾਹੇ ਇੰਸਟਾਗ੍ਰam ਹੋਵੇ ਤੁਸੀਂ ਬਹੁਤ ਜਿਹੜੀ ਮੈਨੂੰ ਉਹ ਖੱਲਾਸ਼ਰੀ ਦਿੱਤੀ ਤੇ 8-9 ਮਹੀਨਿਆਂ ਦੇ ਜਿਹੜੇ ਸਫ਼ਰ ਦੇ ਵਿੱਚ ਮੈਨੂੰ ਬਹੁਤ ਸਾਰੇ ਜਿਹੜੇ ਉਹ ਲੋਕ ਮਿਲੇ ਤੇ ਮੇਰਾ ਕੋਈ ਵੀ ਅੱਦਾਂ ਮੈਂ ਗੱਲ ਜਿਹੜੀ ਆ ਖੋਲ ਕੇ ਕਰਦਾ ਆ ਹਰੇਕ ਬੰਦੇ ਨਾਲ ਮੈਂ ਕੁਝ ਛੁਪਾਂਦਾ ਨਹੀਂ ਐਸਾ ਵੀ ਕਮਾਨ ਦਾ ਮੌਕਾ ਮਿਲਿਆ ਤੇ ਸਪੌਂਸਰਸ਼ਿਪਾਂ ਵੀ ਜਿਹੜੀਆਂ ਉਹ ਮਿਲੀਆਂ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਮੈਂ ਉਹ ਜੇਕਰ ਕਿਸੇ ਨੂੰ ਬੈਂਕ ਦੇ ਨਾਲ ਕੋਈ ਪ੍ਰੋਬਲਮ ਆ ਜਾਂ ਕੋਈ ਇਨਵੈਸਟਮੈਂਟ ਕਰਨਾ ਚਾਹੁੰਦਾ ਆ ਤੁਸੀਂ ਉਹਦੇ ਲਈ ਮੈਨੂੰ ਕੰਟੈਕਟ ਕਰ ਸਕਦੇ ਆ ਟੂਰਿਜ਼ਮ ਪਰਪਸ ਖਾਸ ਕਰਕੇ ਭਾਰਤ ਦੇ ਵਿੱਚ ਜੇਕਰ ਤੁਸੀਂ ਘੁੰਮਣਾ ਚਾਹੁੰਦੇ ਆ ਤੇ ਉਹਦੇ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ ਗੱਡੀਆਂ ਰੈਂਟ ਤੇ ਚਾਹੀਦੀਆਂ ਆ ਉਹਦੇ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ ਔਰ ਬਿਲਕੁਲ ਪਾਰਦਰਸ਼ਤਾ ਹੋਏਗੀ ਇਹ ਨਹੀਂ ਹੋਏਗਾ ਕਿ ਤੁਹਾਨੂੰ ਇਦਾਂ ਲੱਗੇ ਕਿ ਕੋਈ ਵਿਅਕਤੀ ਮੇਰੇ ਪੈਸੇ ਖਾਰਿਆ ਆ ਕਲੀਅਰ ਕੱਟ ਜਿਹੜੀ ਉਹ ਗੱਲ ਤੁਹਾਨੂੰ ਉਹ ਦੱਸੀ ਜਾਏਗੀ ਇਸ ਤੋਂ ਇਲਾਵਾ ਫੇਸਬੁੱਕ ਪੇਜ ਦੀਪਕ ਇਨ ਪੈरिस ਤੇ ਜਾ ਕੇ ਜਿਹੜਾ ਤੁਸੀਂ ਉਹ ਉਹਨੂੰ ਜਿਹੜਾ ਤੁਸੀਂ ਕਹਿ ਸਕਦੇ ਸ਼ੁਰੂ ਕੀਤਾ ਜਿਹੜਾ ਆ ਉਹ 5-6 ਦਿਨ ਹੀ ਹੋਏ ਸੀਗੇ ਪਹਿਲਾਂ ਮੈਨੂੰ ਨੌਲੇਜ ਨਹੀਂ ਸੀ ਕਿਉਂਕਿ ਮੈਂ ਵੀ ਤੁਹਾਡੇ ਚੋਂ ਇੱਕ ਕੰਮ ਮੈਨੂੰ ਇੰਨੀ ਜਾਣਕਾਰੀ ਨਹੀਂ ਸੀ ਸੋਸ਼ਲ ਮੀਡੀਆ ਦੀ ਕਿਸੇ ਭਰਾ ਨੇ ਮੈਨੂੰ ਫੋਨ ਕਰਕੇ ਦੱਸਿਆ ਤੇ ਅੱਜ ਬਹੁਤ ਵਾਇਰਲ ਹੋ ਰਹੀਆਂ ਪੋਸਟਾਂ ਉਹਦੇ ਉੱਤੇ ਤਿੰਨ ਚਾਰ ਦਿਨਾਂ ਚ ਮੈਨੂੰ ਮਤਲਬ ਕਿ ਪਤਾ ਲੱਗ ਰਿਹਾ ਆ ਕਿ ਫੇਸਬੁੱਕ ਪੇਜ ਜਿਹੜਾ ਸਾਡਾ ਡਿਵੈਲਪ ਹੁੰਦਾ ਪਿਆ ਸੋ ਆਫੀਸ਼ੀਅਲੀ ਉਹਦੇ ਉੱਪਰ ਹੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਬੰਦਿਆਂ ਦੇ ਇੰਟਰਵਿਊ ਵੀ ਕਰੂੰਗਾ ਜਿਹੜੇ ਡਾਇਰੈਕਟ ਤੁਹਾਨੂੰ ਕੰਸਲਟੈਂਸੀ ਦੇ ਸਕਣ ਚਾਹੇ ਟੂਰਿਜ਼ਮ ਪਰਪਸ ਹੋਵੇ ਚਾਹੇ ਤੁਹਾਡਾ ਉਹ ਬੈਂਕਾਂ ਦੇ ਨਾਲ ਰਿਲੇਟਡ ਹੋਵੇ ਚਾਹੇ ਕੋਈ ਹੋਰ ਕੋਈ ਵੀ ਸੇਵਾ ਜਿਹੜੀ ਮੈਨੂੰ ਲੱਗਦੀ ਹੋਈ ਚਾਹੇ ਭਾਰਤ ਦੇ ਵਿੱਚ ਕਿਉਂਕਿ ਵੱਡੀ ਜਿਹੜੀ ਉਹ ਮੇਰੇ ਲਈ ਪ੍ਰਾਪਤੀ ਜਿਹੜੀ ਉਹ ਹੋਈ ਆ ਕਿ ਭਾਰਤ ਦੇ ਵਿੱਚ ਹੁਣ ਵੀਡੀਓ ਜਿਹੜੀ ਉਹ ਬਹੁਤ ਜ਼ਿਆਦਾ ਲੋਕੀ ਦੇਖਣ ਲੱਪੇ ਆ ਰਿਕੁਐਸਟਾਂ ਇਹ ਵੀ ਆ ਰਹੀਆਂ ਕਿ ਹਿੰਦੀ ਦੇ ਵਿੱਚ ਵੀ ਬਣਾਓ ਤੇ ਇੰਗਲਿਸ਼ ਦੇ ਵਿੱਚ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹਿੰਦੀ ਤੇ ਇੰਗਲਿਸ਼ ਦੇ ਵਿੱਚ ਵੀ ਵੀਡੀਓ ਜਿਹੜੀਆਂ ਉਹ ਬਣਾਉਂਗਾ ਸੋ ਚਾਹੇ ਯੂਰਪ ਦਾ ਲੋਕਲ ਟੂਰ ਹੋਵੇ ਚਾਹੇ ਕੋਈ ਹੋਰ ਵੀ ਜਿਹੜੀ ਤੁਸੀਂ ਕਹਿ ਸਕਦੇ ਰੋਜਗਾਰ ਦੇ ਨਾਲ ਸੰਬੰਧਿਤ ਗੱਲ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹੋਰ ਵੀ ਕੋਸ਼ਿਸ਼ ਕਰੂੰਗਾ ਕਿ ਇਹਦੇ ਵਿੱਚ ਰਿਸਰਚ ਕਰਕੇ ਤੇ ਪਤਾ ਕਰ ਸਕਾਂ ਕਿ ਰੋਜਗਾਰ ਜਿਹੜਾ ਉਹ ਕਿੱਦਾਂ ਹੋਰ ਜਨਰੇਟ ਕੀਤਾ ਜਾ ਸਕਦਾ ਆ ਸੋਸ਼ਲ ਮੀਡੀਆ ਦੇ ਥਰੂ ਤੇ ਸਪੋਰਟ ਤੁਸੀਂ ਕਰਦੇ ਰਹੋ ਤੇ ਫੇਸਬੁੱਕ ਪੇਜ ਤੇ ਜਰੂਰ ਜਿਹੜੀ ਉਹ ਤੁਸੀਂ ਮੈਂਬਰ ਬਣੀਓ ਉੱਥੇ ਰਿਕੁਐਸਟ ਭੇਜੀਓ ਮੈਨੂੰ ਦੀਪਕ ਐਂਪਾਇਰਸ ਕੋਈ ਪੈਸਾ ਨਹੀਂ ਤੁਹਾਡਾ ਲੱਗਣਾ ਤੇ ਬਾਕੀ ਫਿਰ ਦੁਆਰਾ ਤੋਂ ਤੁਹਾਡਾ ਬਹੁਤ 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 ਧੰਨਵਾਦ ਕਰਦਾ ਹਾਂ ਕਿਉਂਕਿ ਤੁਸੀਂ ਹੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਬਹੁਤ ਜਿਹੜਾ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਰਹਿਣਾ ਹਾਂ ਬਹੁਤ ਸਾਰੇ ਲੋਕ ਆ ਬਹੁਤ ਬਹੁਤ ਮਿਹਨਤ ਕਰਦੇ ਆ ਲੇਕਿਨ ਜਿਸ ਨੂੰ ਤੁਸੀਂ ਪਸੰਦ ਕਰਦੇ ਆ ਉਹੀ ਬੰਦਾ ਜਿਹੜਾ ਉਹ ਅੱਗੇ ਜਾਂਦਾ ਆ ਸੋ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਜੇਕਰ ਤੁਸੀਂ ਮੈਨੂੰ ਇੰਨਾ ਕੁਝ ਦਿੱਤਾ ਆ ਤੇ ਮੇਰੇ ਵੀ ਇਹ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਜਿਹੜਾ ਆ ਉਹਦੇ ਬਦਲੇ ਕੁਝ ਨਾ ਕੁਝ ਦੇ ਸਕਾਂ ਸੋ ਪਾਰਦਰਸ਼ਤਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹ ਜਰੂਰ ਹੋਏਗੀ ਤੁਹਾਨੂੰ ਚੰਗਾ ਲੱਗੇ ਤੁਸੀਂ ਜਰੂਰ ਉਹ ਕਰੋ ਜੇ ਤੁਹਾਨੂੰ ਤੁਹਾਡੇ ਕੋਲ ਵੀ ਕੋਈ ਆਈਡੀਆਸ ਹੈਗੇ ਆ ਤੁਹਾਡੇ ਕੋਲ ਵੀ ਕੋਈ ਕੰਪਨੀਆਂ ਹੈਗੀਆਂ ਆ ਤੁਸੀਂ ਮੈਨੂੰ ਉਹਨਾਂ ਦਾ ਕੰਟੈਕਟ ਭੇਜੋ ਮੈਂ ਪ੍ਰਮੋਸ਼ਨ ਵੀ ਕਰੂੰਗਾ ਤੇ ਮੈਂ ਉਸ ਦੇ ਲਈ ਤੁਹਾਨੂੰ ਕੋਈ ਚਾਰਜ ਵੀ ਨਹੀਂ ਕਰੂੰਗਾ ਸੋ ਮਕਸਦ ਇਹੀ ਆ ਕਿ ਜਿਆਦਾ ਤੋਂ ਜਿਆਦਾ ਜਿਹੜੀ ਪੰਜਾਬੀ ਕਮਿਊਨਿਟੀ ਆ ਜਾਂ ਫਿਰ ਭਾਰਤੀਆ ਕਮਿਊਨਿਟੀ ਜਿਹੜੀ ਆ ਉਹਦੀ ਸੇਵਾ ਵੀ ਕੀਤੀ ਜਾਵੇ ਤੇ ਉਹਨਾਂ ਨੂੰ ਜਿਹੜਾ ਸਕੈਮ ਵਗੈਰਾ ਤੋਂ ਬਚਾਇਆ ਵੀ ਜਾਵੇ ਬਾਕੀ ਦੋਸਤੋ ਸਪੋਰਟ ਕਰਦੇ ਰਹੀਓ ਖੁਸ਼ ਰਹੋ ਤੇ ਜਿੰਦਾਬਾਦ ਰਹਾ